ਅੰਮ੍ਰਿਤਸਰ ਦੇ ਚੌਂਕ ਚਬੂਤਰਾ ਵਿੱਚ ਪਾਣੀ ਨੂੰ ਲੈ ਕੇ ਹੋਏ ਦੋ ਔਰਤਾਂ ਦੇ ਝਗੜੇ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇੱਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੂਜੀ ਔਰਤ ਪੂਨਮ ਦੇ ਘਰ ਵਿੱਚ ਦਾਖਲ ਹੋ ਕੇ ਤੋੜਭੰਨ ਕੀਤੀ ਅਤੇ ਨਾਲ ਹੀ ਗੋਲੀਆਂ ਵੀ ਚਲਾਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਪੂਨਮ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੂਜੀ ਔਰਤ ਜੋਤੀ ਦਾ ਪਰਿਵਾਰਕ ਮੈਂਬਰ ਰਿੰਕੂ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਿਆ ਅਤੇ ਫਿਰ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੀ ਭੰਨ ਤੋੜ ਕੀਤੀ ਅਤੇ ਨਾਲ ਹੀ ਗੋਲੀਆਂ ਵੀ ਚਲਾਈਆਂ। ਮੇਰਾ ਨਾਮ ਪੂਨਮ ਜੀ। ਹਾਂਜੀ, ਕੀ ਗੱਲ ਹੋਈ ਜੀ ਰਾਤੀ? ਗੱਲ ਤਾਂ ਕੁਛ ਨਹੀਂ, ਪਾਣੀ ਤਾਂ ਹੋਈ ਹੈ, ਸਿਰਫ ਕਿ ਮੈਂ ਕਿਹਾ ਮੋਟਰ ਬੰਦ ਕਰ ਦਿਉ ਥੋੜ੍ਹੀ ਦੇਰ, ਅਤੇ ਔਰਤੋਂ ਹੀ ਵੀ ਬੋਲਣ ਲੱਗ ਪਈ ਇਹਦੀ ਹੈ ਅਤੇ ਮੈਂ ਵੀ ਬੋਲੀ ਹਾਂ ਅਤੇ ਇਹ ਰਿੰਕੂ ਬੋਸ ਅੰਦਰੋਂ ਨਿਕਲਿਆ ਇਕਦਮ ਸਿਰ ਗਾਲ ਮੰਦਾ ਕੱਢਣ ਲੱਗ ਪਿਆ ਦਾ ਮੈਨੂੰ, ਅਤੇ ਮੈਨੂੰ ਕਹਿੰਦਾ ਉਹ ਲਿਆ ਉਹਨੂੰ ਲਿਆ ਇਹ ਲਿਆ, ਮੈਂ ਕਿਹਾ ਮੇਰਾ ਕੌਣ ਲੜਨ ਵਾਲਾ, ਜਾ ਜਿਹੜੇ ਗੁੰਡੇ ਬਦਮਾਸ਼ ਲਿਆਉਣੇ ਲਿਆਵੋ, ਅਤੇ ਇਸੇ ਦੁੱਖ ਮੁੜ ਕੇ ਇਹਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੜ ਕੇ ਰਾਤੀ ਆਣ ਕੇ ਮੁੰਡੇ ਲਿਆਇਆ। ਕਿੰਨਾਂ ਨੇ ਮੁੰਡੇ ਲਿਆਂਦੇ? ਰਿੰਕੂ ਬੋਸ ਨੇ। ਹੋਰ ਗੋਲੀ ਵਾਲੀ 30-40 ਮੁੰਡੇ ਹੈਗੇ ਸੀ, ਕਿੰਨੇ ਸਾਰੇ ਗੋਲੀਆਂ ਚੱਲੀਆਂ ਬੋਤਲਾਂ ਮਾਰੀਆਂ। ਕੋਈ ਨੁਕਸਾਨ ਹੋਇਆ ਹੋਵੇ ਜਾਨੀ? ਨੁਕਸਾਨ ਤਾਂ ਨਹੀਂ ਹੋਇਆ, ਨਹੀਂ ਗੱਡੀ ਤੋੜਤੀ ਸਾਡੀ ਸਾਰੀ। ਦੇਖ ਕੇ ਆਏ ਤੁਸੀਂ ਬੂਵੇ, ਕਿਹਾ ਸੀ ਕਿ ਸਾਨੂੰ ਕਿਹਾ ਇਹਨਾਂ ਨੂੰ ਹੋਣਾ ਚਾਹੀਦਾ ਜੋ ਬਣਦਾ ਪਰਚਾ ਜਿਹੜਾ ਬਣਦਾ ਇਹਨਾਂ ਤੇ ਬਣਾਓ। ਜਿਹੜੀ ਗੋਲੀ ਚੱਲੀ ਉਹਦੇ ਤੇ ਹੱਥ ਧਾਰਾ ਲਾ ਦੇਣ। ਉਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ੍ਹ ਖਜੂਰਾਂ ਵਾਲੀ ਗਲੀ 'ਚੋਂ ਦਰਖਾਸਤ ਆਈ ਹੈ ਜੀ, ਦੋ ਜਨਾਨੀਆਂ ਦਾ ਆਪਸ ਵਿੱਚ ਪਾਣੀ ਤੋਂ ਝਗੜਾ ਹੋਇਆ ਜੀ, ਅਤੇ ਉਹ ਫਿਰ ਇਸੇ ਨੂੰ ਮਾਰ ਕੀਤੀ ਹੈ ਜੀ, ਇਸੇ ਗੁਰਨਾਮ ਸਿੰਘ ਨੂੰ। ਇਹ ਫਿਰ ਦੁਬਾਰਾ ਮੁੜ ਕੇ ਕਹਿੰਦੇ ਰਾਤ ਫਿਰ ਦੁਬਾਰਾ ਆਪਸ ਵਿੱਚ ਲੜ ਪਏ। ਮੌਕੇ 'ਤੇ ਰਾਤ ਹੀ ਇਸੇ ਮੇਰੇ ਗਏ, ਜੋ ਵੀ ਮੌਕਾ ਵੇਖ ਲਿਆ ਜੀ ਉਹਨਾਂ ਨੇ, ਜੋ ਵੀ ਬਣਦੀ ਕਾਰਵਾਈ ਜਿਹੜੀ ਉਹ ਤਦੀ ਕਰਕੇ ਕਰ ਗਏ। ਸਰ ਗੋਲੀ ਗੁੱਲੀ ਦਾ ਨਹੀਂ ਕੋਈ ਚੱਲੀ? ਨਹੀਂ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਕੈਮਰੇ ਫੋਟੋ ਆਈ ਹੋਵੇ? ਨਹੀਂ ਨਹੀਂ ਨਹੀਂ, ਇਹਦੇ ਵਿੱਚ ਸਿਰਫ ਇਹ ਆ ਵੀ ਇਹਨਾਂ ਦਾ ਆਪਸ ਵਿੱਚ ਉੱਥੇ ਮਾੜਾ ਮੋਟਾ ਜਿਹੜਾ ਕੋਈ ਇੱਟਾਂ ਰੋੜੇ ਚਲਾਏ ਇਹਨਾਂ ਦੇ ਆਪਸ ਵਿੱਚ, ਉਹ ਕਾਰਵਾਈ ਕਰ ਰਿਹਾ ਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।